ਕੇਂਦਰ ਸਰਕਾਰ ਵੱਲੋਂ ਪਾਸ ਕਿਸਾਨ ਵਿਰੋਧੀ ਖੇਤੀ ਬਿੱਲਾਂ ਕਾਰਨ ਪੂਰੇ ਪੰਜਾਬ 'ਚ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਰੇਲ ਰੋਕੋ ਅੰਦੋਲਨ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਫਿਰੋਜ਼ਪੁਰ 'ਚ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਕੱਟੜ ਪੱਧਰ ਦੀ ਮੀਟਿੰਗ ਬੇ ਸਿਟਾ ਰਹੇਗੀ ਕਿਉਂਕਿ 8 ਅਕਤੂਬਰ ਨੂੰ ਵੀ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ ਉਦੋਂ ਵੀ ਅਸੀਂ ਇਸ ਨੂੰ ਰੱਦ ਕਰ ਦਿੱਤਾ ਸੀ ਮੀਟਿੰਗ 'ਚ ਸਕੱਤਰ ਨੇ ਸਿਰਫ ਕੇਂਦਰ ਵੱਲੋਂ ਪਾਸ ਖੇਤੀ ਬਿੱਲਾਂ ਦੇ ਫਾਇਦੇ ਦੱਸਣ ਦੀ ਗੱਲ ਕੀਤੀ ਨਾ ਕਿ ਸਾਡੀ ਗੱਲ ਸੁਣੀ ਇਸ ਲਈ ਸਾਡੀਆਂ 29 ਜਥੇਬੰਦੀਆਂ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਈਆਂ ਉਹਨਾਂ ਕਹਿੰਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਹੋਈ ਆ ਸਾਨੂੰ ਸਾਡੀ ਅਸੈਸਮੈਂਟ ਪਹਿਲਾਂ ਹੀ ਏਸੀਪੀ ਉੱਥੇ ਸਖਤਰ ਮੀਟਿੰਗ ਕਰੇਗਾ ਤਾਂ ਉੱਚ ਕੁਝ ਨਹੀਂ ਨਿਕਲੇਗਾ ਉਹ ਸਾਡੀ ਅਸੈਸਮੈਂਟ ਬਿਲਕੁਲ ਠੀਕ ਹੋਈ ਆ 8 8 ਅਕਤੂਬਰ ਨੂੰ ਵੀ ਇਸੇ ਸੰਜੀਤ ਅਗਰਵਾਲ ਸਖਤਰ ਨੇ ਸੱਦੇ ਸੀ ਤੇ ਮੈਂ ਸਮਝਾਉਣਾ ਚਾਹਨਾ ਵਾਂ ਕਿਸਾਨਾਂ ਨੂੰ ਇਹ ਜਿਹੜੇ ਆਰਡੀਨੈਂਸ ਕਿੰਨੇ ਫਾਇਦੇ ਵਾਲੇ ਆ ਹੁਣ ਵੀ ਉਹੋ ਹੀ ਜਿਹੜੀ 14 ਅਕਤੂਬਰ ਨੂੰ ਮੀਟਿੰਗ ਹੋਈ ਆ ਜਿਹੜੇ ਕਿਸਾਨ ਆਗੂ ਸਾਡੇ ਐਬਰਨ ਗਏ ਉੱਥੇ 29 ਜਥੇ ਬੰਦੀਆਂ ਨਹੀਂ ਗਈਆਂ ਵਾ ਉਹਨਾਂ ਨਾਲ ਵੀ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਰਡੀਨੈਂਸ ਕਿੰਨੇ ਵਧੀਆ ਵਾ ਤੋਂ ਜਿਹੜੇ ਸਾ ਉਹ ਬਾਈਕਾਟ ਕਰਕੇ ਬਾਹਰ ਆਏ ਆ ਬਾਈਕਾਟ ਕਾ ਬਾਹਰ ਆਣ ਕੇ ਤੋਂ ਬੜੀ ਨਰਾਸ਼ਾ ਦੇ ਵਿੱਚ ਆ ਤੋਂ ਉਹਨਾਂ ਨੇ ਇਹ ਐਲਾਨ ਕੀਤਾ ਵਾ ਜੋ ਉਹਨਾਂ ਦੀ ਆਵਾਜ਼ ਸੁਣੀ ਆਈ ਸੀ ਵੀ ਉਹ ਕੱਲ 15 ਤਰੀਕ ਨੂੰ ਮੀਟਿੰਗ ਕਰ ਰਹੇ ਆ ਜਿਹੜੀ ਉਹਨਾਂ ਦੀ ਆਪਣੀ ਜਥੇਬੰਦੀਆਂ ਦੀ ਆ ਤੇ ਉਹਦੇ ਵਿੱਚ ਉਹ ਜਿਹੜਾ ਵਾ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲੈਣਗੇ ਜੋ ਉਹਨਾਂ ਦੀ ਗੱਲਬਾਤ ਸੁਣੀ ਆ ਅਸੀਂ ਆਪਣੀ ਜਥੇਬੰਦੀਆਂ ਲੋਕਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਸ ਦਾ ਇਸ ਮੀਟਿੰਗ ਦਾ ਪਹਿਲਾਂ ਹੀ ਬਾਈਕਾਟ ਕਰਤਾ ਸੀਗਾ 12 ਤਰੀਕ ਨੂੰ ਬਾਈਕਾਟ ਕਰਤਾ ਸੀ ਤੇ ਇਸ ਤੋਂ ਇਲਾਵਾ ਅਸੀਂ ਅੱਜ 17 ਤਰੀਕ ਤੱਕ ਇਹ ਮੋਰਚਾ ਜਾਰੀ ਰੱਖਣ ਦਾ ਇਸ ਮੋਰਚਾ ਨੂੰ ਅੱਗੇ ਵਧਾਉਂਦੇ ਹਾਂ 17 ਅਕਤੂਬਰ ਤੱਕ ਇਹ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਅਸੀਂ ਆਪਣੇ ਮੋਰਚੇ ਨੂੰ ਅੱਗੇ ਵਧਾਉਂਦੇ ਜਿਹੜਾ ਹੋਰ ਤੇਜ਼ ਕਰਾਂਗੇ ਤੇ ਜਿਹੜਾ ਜੋ ਵੀ ਕੇਂਦਰ ਸਰਕਾਰ ਦਾ ਰੋਖ ਆ ਪਿੱਛਾ ਕਿਸੇ ਮੰਤਰੀ ਨੇ ਮੀਟਿੰਗ ਕੀਤੀ ਆ ਦਾ ਕਿਸੇ ਪ੍ਰਧਾਨ ਮੰਤਰੀ ਨੇ ਕੀਤੀ ਉਤਰ ਅੱਠ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਆਣ ਕੇ ਤੇ ਲੋਕਾਂ ਨੂੰ ਸਮਝਾਉਣ ਦੀ ਗੱਲ ਕਰ ਰਹੇ ਆ ਕਿਸਾਨ ਜਿੱਥੇ ਬੰਦਿਆਂ ਨਾਲ ਗੱਲ ਕਰਨ ਦੀ ਗੱਲ ਕਰ ਰਹੇ ਆ ਤੇ ਇਹ ਦੂਜੇ ਬੰਨੇ ਉੱਥੇ ਕੋਈ ਵੀ ਮੰਤਰੀ ਗੱਲ ਕਰਨ ਨੂੰ ਤਿਆਰ ਨਹੀਂ ਕੋਈ ਬੰਤਗਰਾ ਸਮੂਹ ਗੱਲ ਕਰਨ ਨੂੰ ਤਿਆਰ ਨਹੀਂ ਤੇ ਇਸ ਤੋਂ ਇਹ ਜਾਪਦਾ ਇੱਕ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਵਾ ਉਹ ਬਿਲਕੁਲੋਂ ਕਿਸਾਨ ਵਿਰੋਧੀ ਆ ਤੇ ਉਹ ਕੋਈ ਵੀ ਮਸਲਾ ਹੱਲ ਕਰਨ ਦੀ ਜਿਹੜੀ ਆ ਗੱਲ ਨਹੀਂ ਕਰ ਰਹਾ ਨਾ ਉਹ ਹੱਲ ਕਰਨ ਨੂੰ ਤਿਆਰ ਆ ਉਹ ਆਪਣੇ ਆਰਡੀਨੈਂਸ ਜਿਹੜੇ ਉਹਨਾਂ ਨੂੰ ਪੱਥਰ ਤੇ ਲਕੀਰ ਦੱਸ ਰਹਾ ਪ੍ਰਧਾਨ ਮੰਤਰੀ ਨੇ ਅੱਜ ਬਿਆਨ ਦਿੱਤਾ ਉਹ ਬਿਆਨ ਫੇਰ ਇਹੀ ਆ ਵੀ ਇਹ ਆਰਡੀਨੈਂਸ ਬਹੁਤ ਵਧੀਆ ਵਾ ਇਹ ਪੱਥਰ ਤੇ ਲਕੀਰਿਆ ਇਹ ਆਰਡੀਨੈਂਸ ਜਿਹੜੇ ਆ ਕਿਸਾਨਾਂ ਨੂੰ ਅੰਨਦਾਤੇ ਤੋਂ ਉਦਮੀ ਉਦਮੀ ਵਾਲੇ ਬੰਨੇ ਨੂੰ ਉਦਮੀ ਬਣਾਉਣ ਵਾਲੇ ਬੰਦੇ ਨੂੰ ਲੈ ਕੇ ਜਾਣਗੇ ਜੋ ਕਿ ਬਿਲਕੁਲੋ ਵੀ ਕਿਸਾਨਾਂ ਦੇ ਨਾਲ ਇੱਕ ਧੋਖਾ ਹੋ ਰਿਹਾ ਇਹ ਕਿਹੜੀ ਧੋਖਾ ਧੜੀ ਹੋ ਰਹੀ ਆ ਉਹਨਾਂ ਨਾਲ ਜਿਹੜਾ ਵਾ ਝੂਠ ਬੋਲਿਆ ਜਾ ਰਿਹਾ ਵਾ ਅਸੀਂ ਜਿਹੜੇ ਸਮੀਦੇ ਆ ਵੀ ਕਿਸਾਨ ਜਿਹੜੇ ਜਿਹੜੇ ਅੰਦੋ ਜਿਹੜੇ ਆਰਡੀਨੈਂਸ ਆ ਇਹ ਬਿਲਕੁਲੋ ਕਿਸਾਨ ਵਿਰੋਧੀ ਆ ਇਹ ਕਿਸਾਨਾਂ ਦਾ ਕਿਤਾ ਤਬਾਹ ਕਰ ਦੇਣਗੇ ਤੇ ਸੰਗੀ ਟਾਂਚੇ ਤੇ ਵੀ ਹਮਲਾ ਅਸੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਕਰ ਸਕਦੇ ਕਿਸੇ ਕੀਮਤ ਤੇ ਸਾਨੂੰ ਮਨਜ਼ੂਰ ਨਹੀਂ ਇਹ ਆਰਡੀਨੈਂਸ ਤੁਰੰਤ ਰੱਦ ਕੀ ਨਿਊਜ਼ ਡੈਸਕ ਤੋਂ ਮਨਜੀਤ ਚੁੰਬਰ ਦੇ ਨਾਲ ਬਿਊਰੋ ਰਿਪੋਰਟ ਵੌਇਸ ਆਫ ਪੰਜਾਬ ਫਿਰੋਜ਼ਪੁਰ